ਪੀਣ ਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਵਾਰਡ ਨੰਬਰ 15 ਡੇਰਾ ਭਾਗ ਸਿੰਘ ਦੀ ਸੈਂਕੜੇ ਮਹਿਲਾਵਾਂ ਨੇ ਇਕੱਠੇ ਹੋ ਕੇ ਜਨ ਸਵਸਥਿਆ ਵਿਭਾਗ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰ ਨਾਅਰੇਬਾਜ਼ੀ ਕੀਤੀ ਹੈ। ਇਹ ਮਹਿਲਾਵਾਂ ਦਫ਼ਤਰ ਦੇ ਅੰਦਰ ਦਰੀ ਵਿਛਾ ਕੇ ਧਰਨੇ ਉੱਤੇ ਬੈਠ ਗਈਆਂ ਨੇ ਅਤੇ ਸਵਸਥਿਆ ਵਿਭਾਗ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਮਹਿਲਾਵਾਂ ਦਾ ਕਹਿਣਾ ਹੈ ਕਿ ਚੀਕਾ ਦੇ ਵਾਰਡ ਨੰਬਰ 15 ਡੇਰਾ ਭਾਗ ਸਿੰਘ ਵਿੱਚ ਕਈ ਮਹੀਨਿਆਂ ਤੋਂ ਜਲ ਘਰ ਦਾ ਟਿਊਬਵੈਲ ਬੋਰ ਖਰਾਬ ਹੈ ਤੇ ਦੂਰ ਦਰਾਜ ਤੋਂ ਕਿਸੇ ਬੋਰ ਦੇ ਪਾਣੀ ਦੀ ਹੀ ਥੋੜੀ ਬਹੁਤ ਸਪਲਾਈ ਹੁੰਦੀ ਹੈ, ਪਰ ਜੋ ਪਾਣੀ ਆਉਂਦਾ ਹੈ ਉਹ ਵੀ ਪੀਣ ਲਾਇਕ ਨਹੀਂ ਹੈ। ਮਹਿਲਾਵਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀ ਸਮੱਸਿਆਵਾਂ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਇੰਝ ਹੀ ਧਰਨੇ ਤੇ ਬੈਠੇ ਰਹਿਣਗੀਆਂ। ਪਾਣੀ ਕੀ ਸਮੱਸਿਆ ਹੈ ਔਰ ਇਹ ਪਾਣੀ ਕੀ ਸਮੱਸਿਆ ਹਮਾਰੀ ਆਜ ਕੀ ਨਹੀਂ ਹੈ, ਹਮੇ ਮਤਲਬ ਕਿ 6 ਮਹੀਨੇ ਹੋ ਗਏ ਇਸ ਸਮੱਸਿਆ ਸੇ ਜੂਝਤੇ ਹੋਏ। ਗੰਦਾ ਪਾਣੀ ਬਿਲਕੁਲ ਗਟਰ ਕਾ ਪਾਣੀ ਪੀਨੇ ਕੇ ਲੀਏ ਹਮ ਮਜਬੂਰ ਹੈ। ਹਮ ਬਾਰ ਬਾਰ ਸਰਕਾਰ ਕੋ ਆਗੇ ਯਹੀ ਨਿਵੇਦਨ ਕਰਕੇ ਜਾ ਰਹੇ ਹੈ ਕਿ ਹਮਾਰੀ ਇਸ ਸਮੱਸਿਆ ਕਾ ਸਮਾਧਾਨ ਕੀਆ ਜਾਏ, ਪਰ ਨਹੀਂ ਇਨਕੇ ਕਾਨ ਪੇ ਕੋਈ ਜੂ ਨਹੀਂ ਸਰਕਤੀ। ਪਾਣੀ ਕੀ ਬੋਟਲ ਵੀ ਭਰ ਕੇ ਲੈ ਕੇ ਆਤੇ ਹੈ, ਗੰਦਾ ਪਾਣੀ ਵੀ ਹਮ ਦਿਖਾ ਚੁੱਕੇ ਹੈ। ਵੋ ਜਬ ਵੀ ਹਮ ਬੋਤਲ ਲੈ ਕੇ ਆਤੇ ਹੈ ਤੋ ਵੋ ਖਿੜਕੀ ਮੇ ਰੱਖ ਦੇਤੇ ਹੈ ਔਰ ਬੋਲਤੇ ਹੈ ਕਿ ਜਾਓ, ਕੋਈ ਮਤਲਬ ਕਿ ਹਮਾਰੀ ਸੁਣਵਾਈ ਨਹੀਂ ਹੋ ਰਹੀ ਯਹਾਂ ਪੇ। ਪਾਣੀ 1 ਮਹੀਨਾ ਹੋ ਗਿਆ ਆ, ਬਿਲਕੁਲ ਸਾਡੇ ਨਾ ਪਾਣੀ ਗੰਦਾ ਨਾ ਚੰਗਾ, ਕੋਈ ਵੀ ਨਹੀਂ ਪਾਣੀ ਆ ਰਿਹਾ ਤੇ ਅਸੀਂ ਇੰਨੀ ਦਿੱਕਤ ਵਿੱਚ ਹੋਏ ਪਏ ਨਾ ਹੱਦ ਤੋਂ ਵੱਧ। ਬਈ ਨਾ ਤਾਂ ਸਾਡੇ ਬੱਚੇ ਵੀ ਵਿਚਾਰੇ ਪਾਣੀ ਢੋ ਢੋ ਕੇ ਕਮਲੇ ਹੋਏ ਪਏ ਆ, ਨਾ ਕਿਸੇ ਲੋਕਾਂ ਦੇ ਬੰਬੀਆਂ ਦੇ ਭਰਨ ਦਿੰਦੇ ਆ ਨਾ ਕੁਛ, ਤੇ ਸਾਡੇ ਤਾਂ ਗੰਦਾ ਛੱਡਦਾ ਮੰਦਾ ਵੀ ਨਹੀਂ ਪਾਣੀ ਆ ਰਿਹਾ, ਬਿਲਕੁਲ ਬੂੰਦ ਨਹੀਂ ਆ ਰਹੀ ਪਾਣੀ ਦੀ। ਜਗ੍ਹਾ ਕਿ ਜਹਾਂ ਪੇ ਨਯਾ ਬੋਰ ਲਗਣਾ ਹੈ, ਨਿਸ਼ਾਨਦੇਹੀ ਕੇ ਲੀਏ ਨਗਰ ਪਾਲਿਕਾ ਕੋ ਚਿੱਠੀ ਲਿਖੀ ਹੋਈ ਹੈ, ਨਿਸ਼ਾਨਦੇਹੀ ਹੋਣੇ ਕੇ ਬਾਅਦ ਬੋਰ ਲਗ ਜਾਏਗਾ, ਉਮੀਦ ਹੈ ਆਜ ਨਿਸ਼ਾਨਦੇਹੀ ਹੋ ਜਾਏਗੀ।